ਮਤਾ ਉਹਨਾਂ ਨੇ ਪੜਿਆ ਕਿਉਂਕਿ ਬੀਬੀ ਜੀ ਦੀ ਆਵਾਜ਼ ਬੜੀ ਬੁਲੰਦ ਹੈ ਉਹਨਾਂ ਦਾ ਮਾਈਕ ਭਾਵੇਂ ਬੰਦ ਸੀ ਪਰ ਜਿਹੜੇ ਉਹਨਾਂ ਤੋਂ ਥੋੜੀ ਵਿੱਥ ਦੇ ਉੱਤੇ ਧਾਮੀ ਸਾਹਿਬ ਬੈਠੇ ਸੀ ਉਹਨਾਂ ਦਾ ਮਾਈਕ ਕੌਣ ਸੀ ਬੀਬੀ ਜੀ ਬੋਲਦੇ ਆਪਣੀ ਜਗ੍ਹਾ ਤੇ ਖੜ ਕੇ ਸੀ ਪਰ ਧਾਮੀ ਸਾਹਿਬ ਦੇ ਮਾਈਕ ਵਿੱਚ ਦੀ ਆਵਾਜ਼ ਆਈ ਗਈ ਭਾਵੇਂ ਉਹਨਾਂ ਦਾ ਮਾਈਕ ਬੰਦ ਕਰਤਾ ਉੱਥੇ ਉਹ ਕਹਿੰਦੇ ਸੀ ਕਿ ਤੁਸੀਂ ਇਸ ਗੱਲ ਦਾ ਅੱਜ ਇੱਥੇ ਜਨਰਲ ਇਜਲਾਸ ਦੇ ਵਿੱਚ ਭਰੋਸਾ ਦਿਓ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਸ਼ੁਰੂ ਕਰੂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਜਿਹੜਾ ਉਹ ਪ੍ਰਸਾਰਣ ਸ਼ੁਰੂ ਕਰੂਗੀ ਕਿ ਨਹੀਂ ਕਰੂਗੀ ਅੱਜ ਦੱਸ ਕੇ ਜਾਓ ਤੁਸੀਂ ਇੱਥੇ ਉਹ ਕਹਿੰਦੇ ਸੀ ਬੀਬੀ ਜੀ ਮੇਰੇ ਤੇ ਰਹਿਣ ਦਿਓ ਮੈਂ ਕਰਦਾ ਚਲੋ ਪ੍ਰੋਟੋਕਾਲ ਹੋਊਗਾ ਸਾਨੂੰ ਨਹੀਂ ਪਤਾ ਨਿਯਮ ਕੀ ਨੇ ਪਰ ਇਹਦੇ ਮੁੱਦੇ ਦੇ ਉੱਤੇ ਕਿਉਂਕਿ ਜਿਹੜੇ ਐਸਜੀਪੀਸੀ ਮੈਂਬਰ ਦੀ ਆਪਾਂ ਜ਼ਿਕਰ ਕੀਤਾ ਕਿ ਉਹ ਬੋਲਦੇ ਉਹ ਕਹਿੰਦੇ ਸੀ ਮੈਂ ਖਿਲਾਫ ਹਾਂ ਕਿ ਇੱਕ ਚੈਨਲ ਦੇ ਕੋਲੇ ਨਹੀਂ ਚਾਹੀਦਾ ਹੁਣ ਇਹ ਨਹੀਂ ਕਿ ਜੇ ਪੰਜਾਬ ਵਿਧਾਨ ਸਭਾ ਦਾ ਮਤਾ ਉੱਥੇ ਰੱਦ ਕਰ ਦਿੱਤਾ ਗਿਆ ਕਿ ਭਾਈ ਅਸੀਂ ਨਹੀਂ ਲਾਗੂ ਹੋਣ ਦਿੰਦੇ ਇਹਦਾ ਮਤਲਬ ਇਹ ਨਹੀਂ ਕਿ ਜੋ ਸਿਸਟਮ ਚੱਲਦਾ ਕਿ ਸਾਰੇ ਐਸਜੀਪੀਸੀ ਮੈਂਬਰ ਜਿਹੜੇ ਉਹਦੇ ਨਾਲ ਜਿਹੜੇ ਉਹ ਸਹਿਮਤ ਨੇ ਨਾ ਉਹ ਮਾਈਕ ਤੇ ਕਹਿ ਕੇ ਗਿਆ ਕਿ ਭਾਈ ਇੱਕ ਨਹੀਂ ਚਾਹੀਦਾ ਹੁਣ ਹੋਰ ਦੇਖੋ ਜਿਹੜੇ ਤਾਂ ਧਾਮੀ ਸਾਹਿਬ ਦੇ ਨਾਲ ਨੇ ਮੈਂਬਰ ਪਰ 8-10-12 ਬੰਦੇ ਉਹ ਵੀ ਹੈਗੇ ਜਿਹੜੇ ਧਾਮੀ ਸਾਹਿਬ ਦੀ ਵਿਰੋਧਤਾ ਕਰਦੇ ਜਾਣੀ ਅਕਾਲੀ ਦਲ ਬਾਦਲ ਦੀ ਵਿਰੋਧਤਾ ਕਰਦੇ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਧਾਮੀ ਸਾਹਿਬ ਨੂੰ ਇੱਕ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਹਦੇ ਵਿੱਚ ਇਹੀ ਕੀਤਾ ਕਿ ਆਪਣਾ ਚੈਨਲ ਸ਼ੁਰੂ ਕਰੋ ਆਪ ਗੁਰਬਾਣੀ ਦਾ ਪ੍ਰਸਾਰਣ ਕਰੋ ਆਪ ਅੱਗੇ ਜਾ ਕੇ ਲਿੰਕ ਸਾਰਿਆਂ ਨੂੰ ਦਿਓ ਤੁਹਾਡੀਆਂ ਸ਼ਰਤਾਂ ਹੋਣ ਸੰਧਾਲੀਆ ਸਾਹਿਬ ਦੇਖੋ ਜਦੋਂ ਐਸਜੀਪੀਸੀ ਦਾ ਇਤਿਹਾਸ ਪੜ੍ਹਦੇ ਆ ਨਾ ਸਿਰ ਮਾਣਨਾ ਉੱਚਾ ਹੁੰਦਾ ਉਹਦੇ ਆਸ਼ੇ ਉਦੇਸ਼ ਟੀਚੇ ਸਾਰਿਆਂ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਐਸਜੀਪੀਸੀ ਦੀ ਪ੍ਰਭੂ ਸੱਤਾ ਜਿਹੜੀ ਹੈ ਉਹ ਕਾਇਮ ਰਹੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਖਲ ਅੰਦਾਜ਼ੀ ਨਾ ਹੋਵੇ ਪਰ ਜਿਸ ਸੰਸਥਾ ਦਾ ਇਤਿਹਾਸ ਸ਼ਾਨਾਮਤੀ ਹੁੰਦਾ ਨਾ ਉਹਦੇ ਵਿੱਚ ਫਿਰ ਪੱਧਰ ਵੀ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਉਨਾ ਹੀ ਉੱਚਾ ਰੱਖਣਾ ਚਾਹੀਦਾ ਆ ਜਿਹੜੇ ਦੋਸ਼ ਲੱਗਦੇ ਉਹਨਾਂ ਤੋਂ ਕਿਨਾਰਾ ਹੋਣਾ ਚਾਹੀਦਾ ਇਹ ਜ਼ਰੂਰੀ ਆ ਮੇਰਾ ਖਿਆਲ ਜਦੋਂ ਇਹ ਮਾਈਕ ਬੰਦ ਹੁੰਦਾ ਬੀਬੀ ਜਗੀਰ ਕੌਰ ਹੋਰਾਂ ਦਾ ਉਦੋਂ ਜਿਹੜੀ ਉਹਨਾਂ ਨੇ ਗੱਲ ਛੇੜੀ ਸੀ ਜਿਸ ਉਹ ਜਿਹੜੇ ਮਤੇ ਦੀ ਉਹ ਗੱਲ ਕਰਦੇ ਸੀ ਮੈਂ ਆਪਣੇ ਤੌਰ ਤੇ ਮਤਾ ਪੇਸ਼ ਕਰਨਾ ਚਾਹੁੰਦੀ ਹਾਂ ਉਹਦੇ ਚ ਮੇਰਾ ਖਿਆਲ ਬਾਕੀ ਸਾਰੀਆਂ ਚੀਜ਼ਾਂ ਜਦੋਂ ਗੱਲ ਕਰਦੇ 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 ਇੱਕ ਜਗ੍ਹਾ ਪਹੁੰਚਦੇ ਆ ਕਿ ਜਿਹੜਾ ਇੱਕ ਲਿਫਾਫਾ ਕਲਚਰ ਆ ਗਿਆ ਤੇ ਉਹ ਪਤਾ ਵੀ ਲੱਗ ਗਿਆ ਸੀਗਾ ਵੀ ਉਹ ਕਿਸ ਚੀਜ਼ ਵੱਲ ਇਸ਼ਾਰਾ ਕਰ ਰਿਹਾ ਫਿਰ ਕਹਿ ਵੀ ਦਿੰਦੇ ਹੁੰਦੇ ਕਿ ਮੈਂ ਵੀ ਉਹਦਾ ਹਿੱਸਾ ਸੀ ਮੈਂ ਵੀ ਉਹਦਾ ਹਿੱਸਾ ਸੀ ਫਿਰ ਨਾਲ ਉਹਨਾਂ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਉਹ ਕਹਿੰਦੇ ਵੀ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ ਵੀ ਇਹ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਜਾਂ ਉਹਨਾਂ ਵੱਲੋਂ ਲਏ ਗਏ ਫੈਸਲੇ ਇਤਿਹਾਸ ਦੇ ਵਿੱਚ ਐਸੇ ਦਰਜ ਨੇ ਵੀ ਉਹਨਾਂ ਦੀ ਲੋਕ ਉਦਾਹਰਨ ਦੇ ਸਕਦੇ ਆ ਉਹਨਾਂ ਨੇ ਜ਼ਿਕਰ ਵੀ ਕੀਤਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਸੀ ਤਾਂ ਉਦੋਂ ਜੇ ਐਸਜੀਪੀਸੀ ਦੀ ਵੋਟ ਪਾਉਣ ਦੇ ਲਈ ਕਹਿਣਾ ਸੀ ਕਿਸੇ ਨੂੰ ਤਾਂ ਬੀਬੀਆਂ ਨੂੰ ਅਧਿਕਾਰ ਸੀ ਬੀਬੀਆਂ ਪਾ ਸਕਦੀਆਂ ਅੰਗਰੇਜ਼ਾਂ ਨੇ ਅਧਿਕਾਰ ਨਹੀਂ ਸੀ ਦਿੱਤਾ ਜੀ ਬੀਬੀਆਂ ਨੂੰ ਵੋਟ ਪਾਉਣ ਦਾ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਸੀ ਵੀ ਹਾਂਜੀ ਬੀਬੀਆਂ ਵੋਟ ਪਾ ਸਕਦੀਆਂ ਵੀ ਜੇ ਆਪਣਾ ਵਿਜ਼ਨ ਉਦੋਂ ਇਸ ਲੈਵਲ ਦਾ ਸੀ ਤੇ ਫਿਰ ਅੱਜ ਕਾਰਨ ਕੀ ਬਣ ਗਿਆ ਕਿ ਜਦੋਂ ਕੋਈ ਵੀ ABC ਸਰਕਾਰ ਉੱਠ ਗਿਆ ਆਪਾਂ ਹੁਣ ਵਾਲੀ ਸਰਕਾਰ ਦੀ ਗੱਲ ਨਹੀਂ ਕਰਦੇ ਇਸ ਤੋਂ ਪਹਿਲੀਆਂ ਸਰਕਾਰਾਂ ਲਾ ਲਓ ਜਾਂ ਕੇਂਦਰ ਵਾਲੀਆਂ ਸਰਕਾਰਾਂ ਲਾ ਲਓ ਸਾਰੀਆਂ ਹੀ ਜਾਂ ਕੋਈ ਵੀ ਬੰਦਾ ਜਿਹੜਾ ਕੋਈ ਵਿਰੋਧ ਕਰਦਾ ਹੋਵੇ ਮੰਨ ਲਓ ਵੀ ਸਿੱਖਾਂ ਦਾ ਉਹ ਉੱਠ ਕੇ ਤੇ ਆਪਣੇ ਤੌਰ ਤੇ ਕੋਈ ਵੀ ਬਿਆਨਬਾਜ਼ੀ ਕਰ ਦੇਵੇ ਏਦਾਂ ਕਿੱਦਾਂ ਵੀ ਇਹ ਕਾਰਨ ਕੀ ਬਣਿਆ ਵੀ ਜਿਹੜੀਆਂ ਸੰਸਥਾਵਾਂ ਨੇ ਜੇ ਉਹਨਾਂ ਦੇ ਵਿੱਚ ਚੋਣ ਹੋਣੀ ਚਾਹੀਦੀ ਸੀ ਉਹਨਾਂ ਚੋਣਾਂ ਤੋਂ ਬਾਅਦ ਜਿਹੜੇ ਮੈਂਬਰ ਸਾਹਿਬਾਨ ਚੁਣੇ ਜਾਂਦੇ ਨੇ ਉਹਨਾਂ ਦਾ ਅਧਿਕਾਰ ਖੇਤਰ ਹੋਵੇ ਵੀ ਉਹ ਕਿਹਨੂੰ ਅੱਗੇ ਆਪਣਾ ਮੁਖੀ ਚੁਣਨਾ ਚਾਹੁੰਦੇ ਨੇ ਵੀ ਉਹ ਸਾਰਾ ਜਿਹੜਾ ਪ੍ਰਬੰਧ ਆ ਉਹ ਜਿਸ ਤਰ੍ਹਾਂ ਹਾਈਜੈਕ ਹੋ ਗਿਆ ਉਹ ਨਹੀਂ ਸੀ ਹੋਣਾ ਚਾਹੀਦਾ ਮੇਰਾ ਖਿਆਲ ਇੰਨੀ ਕੁ ਗੱਲ ਜਦੋਂ ਉਹਨਾਂ ਨੇ ਕੀਤੀ ਆ ਉਦੋਂ ਬਾਅਦ ਫਿਰ ਮੁੜ ਕੇ ਰੌਲਾ ਪੈ ਗਿਆ ਫਿਰ ਲੋਕਾਂ ਵੇਖੇ ਹੀ ਸਾਰਾ ਨਹੀਂ ਚਲੋ ਰੌਲਾ ਸੰਧਾਲੀਆ ਸਾਹਿਬ ਮੈਂ ਫਿਰ ਕਹਿੰਦਾ ਕਿ ਦੋਨਾਂ ਧਿਰਾਂ ਨੇ ਵਿਚਾਰ ਰੱਖਿਆ ਕੋਈ ਮਾੜਾ ਸ਼ਬਦ ਨਹੀਂ ਬੋਲਿਆ ਉਹ ਬਹੁਤ ਚੰਗਾ ਹੋਇਆ ਕਿਉਂਕਿ ਆਪ ਸ਼ਬਦ ਕੋਈ ਇੱਕ ਦੂਜੇ ਨੇ ਬੋਲਦੇ ਚੰਗਾ ਨਹੀਂ ਸੀ ਮਰਿਆਦਾ ਦੇ ਉਲਟ ਨਹੀਂ ਸੀ ਜਾਣਾ ਚਾਹੀਦਾ ਬਾਕੀ ਦੂਸਰੀ ਗੱਲ ਇੱਕ ਸੰਧਾਲੀਆ ਸਾਹਿਬ ਇਹਦੇ ਵਿੱਚ ਆਪਾਂ ਜ਼ਰੂਰ ਕਰੀਏ ਹੁਣ ਹੋਊਗਾ ਕੀ ਦੇਖੋ ਉਹ ਜਿਹੜਾ ਸਾਰਾ ਪ੍ਰਬੰਧ ਹੈ ਨਾ ਗੁਰਬਾਣੀ ਪ੍ਰਸਾਰ ਦਾ ਪ੍ਰਸਾਰਣ ਦਾ ਉਹ ਤਾਂ ਐਸਜੀਪੀਸੀ ਕੋਲ ਹੈ ਪੰਜਾਬ ਸਰਕਾਰ ਆਪ ਨਹੀਂ ਆ ਕੇ ਲਾਗੂ ਕਰਨ ਲੱਗੀ ਮੈਂ ਇਹ ਕਲੀਅਰ ਕਰ ਦਿੰਦਾ ਕਿ ਕਿਹੜੀ ਸਰਕਾਰ ਦੀ ਹਿੰਮਤ ਹੈ ਸੰਧਾਲੀਆ ਸਾਹਿਬ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆ ਕੇ ਉਹ ਆਪਣੇ ਕਿਤੇ ਕੈਮਰੇ ਫਿੱਟ ਕਰਨਗੇ ਨਾ ਉਹ ਐਸਜੀਪੀਸੀ ਦਾ ਅਧਿਕਾਰ ਹੈ ਐਸਜੀਪੀਸੀ ਦਾ ਹੀ ਰਹੂਗਾ ਇਹਨੂੰ ਕਿਸੇ ਨੇ ਵੀ ਜਿਹੜਾ ਉਹ ਸਹਿਮਤ ਨਹੀਂ ਇਹਦੇ ਨਾਲ ਹੋਣਾ ਕਿ ਕੋਈ ਹੋਰ ਤੇ ਰਾ ਕੇ ਕਰ ਜਾਏ ਤੇ ਮੈਨੂੰ ਲੱਗਦਾ ਕਿ ਜਿਹੜਾ ਪੰਜਾਬ ਸਰਕਾਰ ਦਾ ਮਤਾ ਉਹਦੇ ਵਿੱਚ ਕਿਤੇ ਵੀ ਨਹੀਂ ਕਿਹਾ ਕਿ ਅਸੀਂ ਕਰਾਂਗੇ ਉਹਦੇ ਵਿੱਚ ਵੀ ਐਸਜੀਪੀਸੀ ਦੀ ਹੀ ਪ੍ਰਭੂ ਸੱਤਾ ਹੈਗੀ ਆ ਤੇ ਰਹਿਣੀ ਚਾਹੀਦੀ ਆ ਹਾਂ ਬਹੁਤ ਚੰਗਾ ਹੁੰਦਾ ਸੰਧਾਲੀਆ ਸਾਹਿਬ ਕਿਉਂਕਿ ਧਾਮੀ ਸਾਹਿਬ ਬੜੇ ਪੜ੍ਹੇ ਲਿਖੇ ਬੰਦੇ ਨੇ ਐਡਵੋਕੇਟ ਨੇ ਸਭ ਤੋਂ ਵੱਡੀ ਗੱਲ ਹੈ ਕਿ ਜ਼ਮੀਨੀ ਪੱਧਰ ਤੋਂ ਉੱਪਰ ਉੱਠੇ ਹੋਏ ਨੇ ਨਾ ਕਿ ਥੱਲਿਓਂ ਕੋਈ ਉਹਨਾਂ ਨੂੰ ਪਰਾਤ ਦੇ ਵਿੱਚ ਜਾਂ ਪਲੇਟ ਦੇ ਵਿੱਚ ਪਾ ਕੇ ਤਾਂ ਕੋਈ ਚੀਜ਼ ਮਿਲੀ ਨਹੀਂ ਅਜੇ ਤੱਕ ਵੀ ਹੁਸ਼ਿਆਰਪੁਰ ਦੇ ਲੋਕ ਕਹਿੰਦੇ ਹੁੰਦੇ ਆ ਕਿ ਧਾਮੀ ਸਾਹਿਬ ਤਾਂ ਆਪਣੇ ਸਕੂਟਰ ਦੇ ਉੱਤੇ ਦਾਣਿਆਂ ਦਾ ਬੋਰਾ ਲੈ ਕੇ ਜਾਂਦੇ ਆ ਤਾਂ ਫਿਰ ਆਟਾ ਲੈ ਕੇ ਆਉਂਦੇ ਆ ਹੁਣ ਜਦੋਂ ਇਸ ਪੱਧਰ ਦੇ ਉੱਤੇ ਕੋਈ ਲੀਡਰ ਹੋਵੇ ਤਾਂ ਉਹਨੂੰ ਪਤਾ ਹੁੰਦਾ ਧਾਮੀ ਸਾਹਿਬ ਨੂੰ ਜ਼ਰੂਰ ਪਤਾ ਹੋਊਗਾ ਕਿ ਆਮ ਸੰਗਤ ਦੇ ਵਿੱਚ ਚਰਚਾ ਕੀ ਚੱਲਦੀ ਹੈ ਬਹੁਤ ਚੰਗਾ ਹੁੰਦਾ ਸੰਧਾਲੀਆ ਸਾਹਿਬ ਕਿ ਜੇ ਅੱਜ ਦੇ ਇਜਲਾਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਤੇ ਨੂੰ ਕੇਵਲ ਤੇ ਕੇਵਲ ਰੱਦ ਕਰਨ ਨਾ ਕਰਦੀ ਨਾਲ ਇਹ ਵੀ ਦੱਸਦੇ ਕਿ ਭਾਈ ਅਸੀਂ ਆਹ ਪ੍ਰਬੰਧ ਕਰਨ ਲੱਗੇ ਹਾਂ ਸਾਡੀ ਸਬ ਕਮੇਟੀ ਦੀਆਂ ਬੈਠਕਾਂ ਹੋਣ ਲੱਗੀਆਂ ਪਰ
ਅਸੀਂ ਸੌਖੇ ਹੋਈਏ, ਸਾਨੂੰ ਕਿਸੇ ਤੋਂ ਮਦਦ ਲੈਣੀ ਪਵੇ, ਸਾਨੂੰ ਕਰਜ਼ਾ ਚੁੱਕਣਾ ਪਵੇ, ਸਾਨੂੰ ਸੰਗਤ ਨੂੰ ਬੇਨਤੀ ਕਰਨੀ ਪਵੇ। ਮੈਂ ਸੰਧਾਲੀਆ ਸਾਹਿਬ ਕਹਿੰਦਾ, ਦੁਨੀਆ ਭਰ 'ਚ ਇੰਨੇ ਸਿੱਖ ਟੈਲੈਂਟਡ ਨੇ, ਇੰਨੇ ਯੋਗ ਨੇ। SGPC ਇੱਕ ਵਾਰੀ ਹਾਕ ਮਾਰੇ ਕਿ ਭਾਈ ਆ ਅਸੀਂ ਪ੍ਰਸਾਰਣ ਕਰਨਾ, ਅਸੀਂ ਯੂਟਿਊਬ ਤੇ ਕਰਨਾ, ਅਸੀਂ ਸੈਟੇਲਾਈਟ ਚੈਨਲ ਬਣਾਉਣਾ, ਸਾਨੂੰ ਹੁਨਰਮੰਦ ਬੰਦੇ ਚਾਹੀਦੇ ਜਿਹੜੇ ਸਾਨੂੰ ਕਰ ਦੇਣ। ਮੈਂ ਕਹਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਕਹਿਣਾ, ਤੁਸੀਂ ਇੱਥੇ ਕੁਰਸੀਆਂ ਤੇ ਬੈਠੋ, ਕਰਕੇ ਦਿੰਦੇ ਆ, ਘਬਰਾਉਣ ਦੀ ਲੋੜ ਹੀ ਕੋਈ ਨੀ, ਰੁਪਈਏ ਵਾਧੂ ਇਕੱਠੇ ਹੋ ਜਾਣੇ ਸੰਗਤ। ਦੇਖੋ ਇਹੀ ਇੱਕ ਕੁੰਡੀ ਆ ਕਿ ਜਿਹੜੀ ਇੱਕ ਤਿਲਕਣਬਾਜ਼ੀ ਆ ਵੀ ਏਦਾਂ ਕਿਉਂ ਆ ਕੇ ਵੀ ਕਿਸੇ ਚੀਜ਼ ਨੂੰ ਜਦੋਂ ਇੱਕ ਸਾਫ਼ ਲੀਕ ਖਿੱਚੀ ਜਾ ਸਕਦੀ ਹੈ, ਐਂਡ ਉਹ ਵੀ ਕੋਈ ਹੁਣ ਦਾ ਮਸਲਾ ਨਹੀਂ ਹੈ, ਇਸ ਤੋਂ ਪਹਿਲਾਂ ਜਹੇਦਾਰ ਸਾਹਿਬ ਕਿੰਨੀ ਵਾਰ ਕਹਿ ਚੁੱਕੇ, ਵਕਤ ਨਿਕਲ ਗਿਆ, ਮਤਾ ਤੱਕ ਆ ਗਿਆ, ਉਸ ਤੋਂ ਬਾਅਦ ਇਜਲਾਸ ਤੱਕ ਹੋ ਗਿਆ, ਐਂਡ ਉਸ ਇਜਲਾਸ ਦੇ ਵਿੱਚ ਵੀ ਕੋਈ ਉਹਦੇ ਵਿੱਚ ਸਪਸ਼ਟਤਾ ਨਹੀਂ ਹੈ। ਹੁਣ ਜੇ ਸਪਸ਼ਟਤਾ ਨਹੀਂ ਹੈ ਤੇ ਇਹੀ ਕਾਰਨ ਆ ਨਾ ਵੀ ਉਧਰੋਂ CM ਮਾਨ ਸਾਹਿਬ, ਭਗਵੰਤ ਮਾਨ ਸਾਹਿਬ ਨੇ ਦੁਬਾਰਾ ਫਿਰ ਉਹੀ ਗੱਲ ਕਰ ਦਿੱਤੀ ਜੀ। ਉਹ ਕਹਿੰਦੇ ਯਾਰ ਵੀ ਕੋਈ ਫੈਸਲਾ, ਕੋਈ ਡਿਸੀਜਨ, ਕੋਈ ਮਤਾ ਕੁਛ ਦੱਸ ਦੇ ਤੇ ਸਹੀ, ਜੇ ਇਜਲਾਸ ਕੀਤਾ ਸੀ ਕਿ ਮੈਨੂੰ ਗਾਲਾਂ ਹੀ ਕੱਢੀਆਂ ਬਸ। ਸੰਧਾਲੀਆ ਸਾਹਿਬ ਉਹਦੇ ਵਿੱਚ ਵੀ ਨਾ ਜਦੋਂ, ਕਿਉਂਕਿ ਇੱਕ ਸ਼ਬਦ ਉਹਨਾਂ ਨੇ ਵਿੱਚ ਦੋ ਸ਼ਬਦ ਵਰਤੇ, ਮੁੱਖ ਬੁਲਾਰਾ, ਕਿਉਂਕਿ ਭਗਵੰਤ ਮਾਨ ਸਾਹਿਬ ਦਾ ਟਵੀਟ ਜਿਹੜਾ ਆਇਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਸਾਹਿਬ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ, ਹਾਲਾਂਕਿ ਧਾਮੀ ਸਾਹਿਬ ਕੋਰ ਕਮੇਟੀ ਦੇ ਮੈਂਬਰ ਅਕਾਲੀ ਦਲ ਦੇ ਜ਼ਰੂਰ ਨੇ, ਅਕਾਲੀ ਦਲ ਦੀ ਟਿਕਟ ਤੇ SGPC ਦੇ ਮੈਂਬਰ ਬਣੇ, ਬੜੇ ਪੁਰਾਣੇ ਅਕਾਲੀ ਦਲ ਦੇ ਲੀਡਰ ਨੇ, ਪਰ ਉਹ ਬੁਲਾਰੇ ਨਹੀਂ ਹੈਗੇ, ਸਪੋਕਸਪਰਸਨ ਦੀ ਡਿਊਟੀ ਉਹਨਾਂ ਦੀ ਨਹੀਂ ਹੈਗੀ। ਪਰ ਜੇ ਮੁੱਖ ਮੰਤਰੀ ਸਾਹਿਬ ਆਪਣੇ ਟਵੀਟ ਦੇ ਵਿੱਚ ਮੁੱਖ ਬੁਲਾਰਾ ਸ਼ਬਦ ਵਰਤਦੇ ਆ, ਤੇ ਇੱਕ ਦਿਨ ਪਹਿਲਾਂ ਤਾਂ ਉਹਦਾ ਟਵੀਟ ਇਹ ਸੀ ਕਿ ਭਾਈ ਆ ਦੇਖੋ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਆਏ ਆ ਧਾਮੀ ਸਾਹਿਬ ਤੇ ਹੁਣ ਆਹ ਲੀਡਰ ਉੱਥੇ ਬੈਠੇ ਆ ਤੇ ਉਹ ਬਾਦਲ ਸਾਹਿਬ ਦਾ ਉਹਨਾਂ ਨੂੰ ਸੁਨੇਹਾ ਦੇਣਗੇ ਤੇ ਉਹੀ ਸੁਨੇਹਾ ਉਹਨਾਂ ਨੇ ਕੱਲ੍ਹ ਨੂੰ ਇਜਲਾਸ ਦੇ ਵਿੱਚ ਕਹਿਣਾ। ਹੁਣ ਜਦੋਂ ਮੁੱਖ ਮੰਤਰੀ ਸਾਹਿਬ ਨੇ ਲਿਖਿਆ ਟਵੀਟ ਦੇ ਵਿੱਚ ਕਿ ਭਾਈ ਤੁਸੀਂ ਮੁੱਖ ਬੁਲਾਰੇ ਦੇ ਤੌਰ ਤੇ ਅਕਾਲੀਆਂ ਦੇ ਬੁਲਾਰੇ ਦੇ ਤੌਰ ਤੇ ਕੰਮ ਕਰ ਰਹੇ, ਇਹਦਾ ਮਤਲਬ ਕਿ SGPC ਦੇ ਪ੍ਰਧਾਨ ਦੇ ਤੌਰ ਤੇ ਨਹੀਂ, ਤੁਸੀਂ ਕਿਸੇ ਖਾਸ ਦੇ ਤੌਰ ਤੇ ਕੰਮ ਕਰਦੇ। ਦੂਸਰਾ, ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਗਾਲਾਂ ਕੱਢਣ ਤੋਂ ਇਲਾਵਾ ਗੁਰਬਾਣੀ ਦੇ ਪ੍ਰਸਾਰਣ ਤੇ ਵੀ ਮਾੜੀ ਮੋਟੀ ਚਰਚਾ ਕਰ ਲੈਂਦੇ। ਜਾਣੀ ਦੇਖੋ ਜਿਹੜੀ ਆਪਾਂ ਗੱਲ ਕੀਤੀ ਕਿ ਜਿੱਥੇ ਖਾਲੀ ਥਾਂ ਛੱਡਿਆ ਉੱਥੇ ਆਣ ਕੇ ਕੋਈ ਬਹਿ ਗਿਆ, ਜੇ ਖਾਲੀ ਥਾਂ ਨਾ ਛੱਡਦੇ, ਜੇ ਉੱਥੇ ਹੋ ਜਾਂਦਾ ਕਿ ਭਾਈ ਅਸੀਂ ਪ੍ਰਸਾਰਣ ਆਪ ਕਰਾਂਗੇ, ਹੋ ਸਕਦਾ ਧਨਵਾਦੀ ਟਵੀਟ ਹੀ ਆਉਂਦਾ। ਇੱਕ ਗੱਲ ਨੋਟ ਕਰਨ ਵਾਲੀ ਆ, ਮੇਰਾ ਖਿਆਲ ਆਪਾਂ ਅੱਗੇ ਵੀ ਕਈ ਵਾਰਾਂ ਕਹਿ ਚੁੱਕੇ ਹਾਂ ਕਿ ਜਿੰਨੀ ਬਰੀਕੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਸ ਮਸਲੇ ਨੂੰ ਦੇਖ ਰਹੇ ਆ ਕਿ ਸਾਹਮਣੇ ਵਾਲੇ ਪਾਸਿਓਂ ਹੋ ਕੀ ਰਿਹਾ, ਵੀ ਕਦੋਂ ਕਿੱਥੇ ਮੀਟਿੰਗ ਹੁੰਦੀ ਆ, ਉਸ ਮੀਟਿੰਗ 'ਚ ਕੌਣ ਜਾ ਰਿਹਾ, ਕੌਣ ਆ ਰਿਹਾ, ਉਹਦਾ ਅਗਲਾ ਪਲਾਨ ਕੀ ਆ, ਉਸ ਤੋਂ ਅਗਲਾ ਪਲਾਨ ਕੀ ਹੈ। ਹੁਣ ਜੇ ਉਸੇ ਕੜੀ ਦੇ ਤਹਿਤ ਹੀ ਵੇਖਿਆ ਜਾਵੇ ਤੇ ਇਸ ਇਜਲਾਸ ਦੇ ਵਿੱਚ ਵੀ ਉਹਨਾਂ ਨੇ ਉਸ ਕਾਰਵਾਈ ਨੂੰ ਦੇਖਿਆ, ਜਿੱਦਾਂ ਉਹ ਕਹਿੰਦੇ ਵੀ ਮੈਂ ਇਕੱਲੀ ਇਕੱਲੀ ਚੀਜ਼ ਚਾਹੇ ਗੱਡੀ 'ਚ ਬੈਠਾ ਜਾਂਦਾ ਹਾਂ, ਮੈਂ ਲਾਈਵ ਦੇਖਦਾ ਉਹਨਾਂ ਦੇ ਕਿੱਥੇ ਕੀ ਚੱਲ ਰਿਹਾ ਜੀ। ਜੇ ਵਿਧਾਨ ਸਭਾ ਦੀ ਕਾਰਵਾਈ ਉਹ ਲਾਈਵ ਦੇਖ ਰਹੇ ਨੇ ਤਾਂ ਮੈਂ ਇਜਲਾਸ ਵੀ ਲਾਈਵ ਦੇਖਿਆ ਹੋਊਗਾ, ਤੇ ਫਿਰ ਉਹਨਾਂ ਨੇ ਵੀ ਕਿਤੇ ਇਹ ਗੱਲ ਵੇਖ ਲਈ ਹੋਊਗੀ ਵੀ ਦੇਖੋ ਜੀ ਸਾਰਾ ਕੰਮ ਤੇ ਨਿਬੜ ਗਿਆ ਤੇ ਉਹਦੇ ਵਿੱਚ ਇਹ ਤੇ ਦੱਸੇ ਨੀ ਵੀ ਹੁਣ ਅਗਲਾ ਪਲਾਨ ਕੀ ਕਰਨਾ। ਸੋ ਇਹ ਨੌਬਤ ਨਹੀਂ ਸੀ ਆਉਣ ਦੇਣੀ ਚਾਹੀਦੀ, ਆਪਾਂ ਤੇ ਉਦਣ ਦੀ ਬੇਨਤੀ ਕਰ ਰਹੇ ਵਾਰ ਵਾਰ। ਇੱਕ ਨਾ ਸੰਧਾਲੀਆ ਸਾਹਿਬ, ਕਿਉਂਕਿ ਧਾਮੀ ਸਾਹਿਬ ਉਹ ਗੱਲ ਸੁਣਦੇ ਹੁੰਦੇ ਆ, ਸਭ ਦੀ ਗੱਲ ਸੁਣਦੇ ਆ, ਫਿਰ ਸਲਾਹ ਨਾਲ ਕੰਮ ਕਰਦੇ। ਅਸੀਂ ਉਹਨਾਂ ਨੂੰ ਇੱਕੋ ਬੇਨਤੀ ਕਰਦੇ ਹਾਂ ਕਿ ਧਾਮੀ ਸਾਹਿਬ ਕੋਈ ਵੱਡੀ ਗੱਲ ਨਹੀਂ, ਮੁੜ ਕੇ ਤੁਹਾਨੂੰ ਵੀ ਟਵੀਟ ਕਰਨਾ ਪਿਆ, ਪਰ ਤੁਸੀਂ ਬੜੀ ਸੱਭਿਅਕ ਭਾਸ਼ਾ ਦੇ ਵਿੱਚ ਟਵੀਟ ਕੀਤਾ, ਕਿਉਂਕਿ ਉਹ ਬਿੱਲੀ ਕਬੂਤਰ ਵਾਲੀ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਲਿਖਤੀ ਸੀ, ਬਾਅਦ ਵਿੱਚ ਇਹਨਾਂ ਨੇ ਵੀ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਤੋਂ ਆਹੀ ਆਸ ਸੀ। ਅਸੀਂ ਸਿਰਫ ਧਾਮੀ ਸਾਹਿਬ ਇਹ ਚਾਹੁੰਦੇ ਹਾਂ ਕਿ ਜੇ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਲਾਈਵ ਹੋ ਸਕਦਾ ਨਾ, ਤੇਜਾ ਸਿੰਘ ਸਮੁੰਦਰੀ ਹਾਲ ਵੀ ਅੰਮ੍ਰਿਤਸਰ 'ਚ, ਤੇਜਾ ਸਿੰਘ ਸਮੁੰਦਰੀ ਹਾਲ ਵੀ ਉਸੇ ਹੀ ਪਰਿਸਰ ਦੇ ਵਿੱਚ ਹੈ, ਤੇਜਾ ਸਿੰਘ ਸਮੁੰਦਰੀ ਹਾਲ ਨੂੰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖ ਰੇਖ ਕਰਦੀ ਹੈ, ਤੇਜਾ ਸਿੰਘ ਸਮੁੰਦਰੀ ਹਾਲ ਤੋਂ ਬਹੁਤ ਦੂਰ ਨਹੀਂ ਹੈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਕੁਝ ਕਦਮਾਂ ਦੀ ਜਾਂ ਕੁਝ 100 ਫੁੱਟ ਦੀ ਦੂਰੀ 'ਤੇ ਹੀ ਹੈ। ਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚੋਂ ਤੁਸੀਂ ਲਾਈਵ ਕਰਨ ਦੇ ਵਿੱਚ ਸਮਰੱਥ ਹੋ ਨਾ, ਜੇ SGPC ਕੈਪੇਬਲ ਹੈ, ਉਹਦੇ ਕੋਲ ਯੋਗਤਾ ਸਮਰੱਥ ਹੈ, ਤੇ ਗੁਰਬਾਣੀ ਪ੍ਰਸਾਰਣ ਵੀ ਉਧਰੋਂ ਲਾਈਵ ਕੀਤਾ ਜਾ ਸਕਦਾ, ਹਾਲਾਂਕਿ ਮਰਿਆਦਾ ਦਾ ਖਿਆਲ ਰੱਖਣਾ, ਕਿਉਂਕਿ ਇਸ ਪ੍ਰਸਾਰਣ ਤੇ ਉਸ ਪ੍ਰਸਾਰਣ 'ਚ ਫਰਕ ਬਹੁਤ ਹੈ, ਉਹਦੇ ਵਿੱਚ ਸ਼ਰਤਾਂ ਬਹੁਤ ਰੱਖਣੀਆਂ ਪੈਣੀਆਂ, ਨਜ਼ਰਸਾਨੀ ਬਹੁਤ ਕਰਨੀ ਪੈਣੀ ਹੈ, ਅੱਗੇ ਪਿੱਛੇ ਇਸ਼ਤਿਹਾਰ ਨਾ ਲੱਗਣ, ਕੋਈ ਮਰਿਆਦਾ ਤੋਂ ਉਰੇ ਪਰੇ ਨਾ ਹੋਵੇ, ਬਹੁਤ ਕੁਛ ਕਰਨ ਵਾਲਾ, ਪਰ ਤੁਸੀਂ ਕਰ ਸਕਦੇ ਹੋ, ਇੱਕ ਵਾਰੀ ਕਰਕੇ ਕੰਮ ਮੁਕਾਓ, ਕਿਉਂਕਿ ਪੰਜਾਬੀ ਜਾਂ ਸਿੱਖ ਜਦੋਂ ਆਪਸ ਦੇ ਵਿੱਚ ਫਸਦੇ ਆ, ਜਦੋਂ ਆਪਸ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਲੜਦੇ ਹਾਂ, ਤਾਂ ਜਿਹੜੀਆਂ ਬਾਹਰਲੀ ਤਾਕਤਾਂ ਆਣ ਕੇ ਹਮਲੇ ਕਰਦੀਆਂ, ਅਸੀਂ ਜਵਾਬ ਕਿੱਥੋਂ ਦੇਣਾ, ਸਾਡਾ ਧਿਆਨ ਹੀ ਨਹੀਂ ਲੱਗਦਾ ਉੱਧਰ। ਫਿਰ ਨਹੀਂ, ਬਿਲਕੁਲ ਸਹੀ ਗੱਲ ਹੈ। ਹੁਣ ਦੇਖੋ, ਹੋ ਸਕਦਾ ਕੋਈ ਬੰਦਾ ਇਹਨੂੰ ਇੱਦਾਂ ਦੇਖੇ ਵੀ ਯਾਰ ਗੱਲ ਤੇ ਬਿਲਕੁਲ ਸਹੀ ਆ, ਵੀ ਲਾਈਵ ਹੀ ਕਰਨਾ, ਉੱਥੋਂ ਭੇਜ ਦੇਣ ਬਾਕੀ ਸਾਰੀ ਜੀਆਂ ਚੱਕੇ, ਇੱਦਾਂ ਬਿਲਕੁਲ ਨਹੀਂ ਹੈ। ਤੁਸੀਂ ਵੀ ਇਸ ਗੱਲ ਨੂੰ ਸਮਝੋ ਕਿ ਜੇ ਚਿੰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਰਦੀ ਹੈ ਕਿ ਵੀ ਜੇ ਆਪਾਂ ਇੱਦਾਂ ਓਪਨ ਕਰ ਦਈਏ, ਤੇ ਕੱਲ ਨੂੰ ਉਹ ਲਿੰਕ, ਮੰਨ ਲਓ ਇੱਕ ਲਿੰਕ ਹੈ, ਆਪਾਂ ਇਹਦੇ ਬਾਹਰਲੇ ਮੁਲਕਾਂ ਦੀ ਗੱਲ ਕਰਦੇ ਹਾਂ, ਇਹਦੇ ਬੜੇ ਲੋਕ ਚੰਗੀ ਤਰ੍ਹਾਂ ਜਾਣਦੇ ਹੋਣਗੇ ਵੀ ਇੱਕ ਡੱਬੀ ਸਿਸਟਮ ਚੱਲਦਾ ਜੀ, ਉਸ ਡੱਬੀ ਸਿਸਟਮ ਦੇ ਥੋੜੇ ਜਿਹੇ ਪੈਸੇ ਲੱਗਦੇ ਨੇ, ਦੁਨੀਆਂ ਭਰ ਦੇ ਚੈਨਲ, ਦੁਨੀਆਂ ਭਰ ਦੇ ਸੀਰੀਅਲ, ਫਿਲਮਾਂ, ਉਹ ਸਭ ਕੁਝ ਉਹਦੇ ਵਿੱਚ ਹੈ।
ਉਹ ਬੇਸਿਕਲੀ ਪਾਇਰੇਸੀ ਦਾ ਇੱਕ ਅਨਦਰ ਲੈਵਲ ਹੈ ਜਿੱਦਾਂ ਆਪਾਂ ਪਹਿਲਾਂ ਦੇਖਦੇ ਸੀ ਯਾਨੀ ਗਲਤ ਤਰੀਕੇ ਨਾਲ ਪਾਇਰੇਸੀ ਮੈਂ ਕਿਹਾ ਹਾਂ ਪਾਇਰੇਸੀ ਮਤਲਬ ਜਿੱਦਾਂ ਆਪਾਂ ਪਹਿਲਾਂ ਫਿਲਮਾਂ ਦੇਖਦੇ ਹੁੰਦੇ ਸੀ ਉਹ ਕਹਿੰਦੇ ਵੀ ਫਿਲਮ ਅਜੇ ਉਧਰ ਸਿਨਮੇ ਚ ਨਹੀਂ ਲੱਗੀ ਤੇ ਇਧਰੋਂ ਡੀਵੀਡੀ ਜੀ ਦੀ ਬਣ ਕੇ ਵੀ ਆ ਗਈ ਕਾਲੇ ਲਫਾਫੇ ਜੋ ਪਰੇ ਉਹ ਧੂੜ ਜੀ ਚੋਂ ਕੱਢ ਕੇ ਦੇ ਦਿੰਦੇ ਇਹਦੇ ਸੀ ਨਾ ਹਾਂ ਮਤਲਬ ਹੁਣ ਉਹਦਾ ਇੱਕ ਅਨਦਰ ਲੈਵਲ ਆ ਗਿਆ ਵੀ ਉਹ ਜੋ ਉਧਰ ਤੁਹਾਨੂੰ ਇਧਰ ਉਧਰ ਮਿਲਦਾ ਹੈ ਉਹ ਇੱਕ ਲਿੰਕ ਦੇ ਰੂਪ ਚ ਤੁਹਾਡੇ ਕੋਲੇ ਉੱਥੇ ਟੀਵੀ ਤੇ ਵੀ ਪਹੁੰਚ ਜਾਂਦਾ ਹੁਣ ਜੇ ਮੰਨ ਲਓ ਕਿ ਦਰਬਾਰ ਸਾਹਿਬ ਦਾ ਜਿਹੜਾ ਪ੍ਰਸਾਰਣ ਹੋਏਗਾ ਹੁਣ ਵੀ ਚੁੱਕਿਆ ਜਾਂਦਾ ਆਪਾਂ ਇਹ ਨਹੀਂ ਕਹਿੰਦੇ ਵੀ ਹੁਣ ਨਹੀਂ ਚੁੱਕਿਆ ਜਾਂਦਾ ਹੁਣ ਵੀ ਚੁੱਕਿਆ ਜਾਂਦਾ ਉਹਨੂੰ ਜ਼ੂਮ ਇਨ ਜ਼ੂਮ ਆਊਟ ਕਰਕੇ ਕੁਝ ਲੋਕਾਂ ਨੂੰ ਇਧਰ ਉਧਰ ਕਰਕੇ ਲੋਕ ਚਲਾਉਂਦੇ ਨੇ ਪਰ ਜਦੋਂ ਓਪਨ ਹੋਊਗਾ ਇਟ ਮੀਨਸ ਫਿਰ ਕੋਈ ਕਹਿ ਨਹੀਂ ਸਕਦਾ ਜੀ ਪਰ ਗੱਲ ਇਹ ਆ ਵੀ ਜਿੱਥੇ ਹੁਣ ਐਸ ਜੀ ਪੀ ਸੀ ਦਾ ਦਾਖਲਾ ਹੈ ਕਿ ਵੀ ਜੇ ਇਸ ਤਰ੍ਹਾਂ ਆਪਾਂ ਸਾਰਿਆਂ ਲਈ ਓਪਨ ਕਰ ਦਿੰਦੇ ਮੰਨ ਲਓ ਆਪਾਂ ਨੂੰ ਕਈ ਵਾਰ ਐਗਜ਼ਾਮਪਲਸ ਨਜ਼ਰ ਆਉਂਦੀਆਂ ਹੁੰਦੀਆਂ ਵੀ ਫਲਾਨੇ ਥਾਂ ਦੇ ਉੱਪਰ ਜੇ ਆਹ ਦੇਖੋ ਇੱਕ ਫੋਟੋ ਹੈ ਤੇ ਉਹ ਕਿਸੇ ਗਲਤ ਜਗ੍ਹਾ ਤੇ ਛਾਪੀ ਜੀ ਆਪਾਂ ਪਿਛਲੇ ਦਿਨਾਂ 'ਚ ਇੱਕ ਦੇਖਿਆ ਸੀ ਕਿ ਦਰਬਾਰ ਸਾਹਿਬ ਦੀ ਫੋਟੋ ਉਹ ਪਤਾ ਨੀ ਕਿਹੜੀ ਕੰਪਨੀ ਸੀ ਉਹਨਾਂ ਨੇ ਉਹਦੇ ਤੇ ਜਿਹੜਾ ਪਾਇਦਾਨ ਜਿਹਾ ਹੁੰਦਾ ਦਰਵਾਜ਼ੇ ਅੱਗੇ ਰੱਖਣ ਵਾਲਾ ਜੀ ਉਹਦੇ ਤੇ ਛਾਪ ਦਿੱਤੀ ਪਾਇਦਾਨ ਪਤਾ ਨੀ ਕੋਈ ਮੈਨੂੰ ਨੀ ਪਤਾ ਮੈਟ ਜਾਂਦਾ ਮੈਂ ਜੇ ਮੈਟ ਕਿਹਾ ਯਾਰ ਵੇ ਬੰਦੇ ਨੇ ਕਹਿਣਾ ਤੂੰ ਅੰਗਰੇਜ਼ੀ ਬੋਲਦਾ ਮੈਂ ਤਾਂ ਮੈਟ ਹੀ ਮੈਂ ਵੀ ਹੁਣ ਪਾਇਦਾਨ ਤੁਹਾਨੂੰ ਹਿੰਦੀ ਸਿੱਧੀ ਸਮਝ ਆ ਜਾਣਾ ਹੈਨਾ ਤੇ ਮਤਲਬ ਇਹ ਫਿਰ ਇਹ ਜਿਹੜੀਆਂ ਚੀਜ਼ਾਂ ਨੇ ਵੀ ਜੇ ਮੰਨ ਲਓ ਫ੍ਰੀ ਹੋ ਗਿਆ ਤੇ ਉਸ ਤੋਂ ਬਾਅਦ ਉੱਪਰ ਮੰਨ ਲਓ ਦਰਬਾਰ ਸਾਹਿਬ ਦਾ ਪ੍ਰਸਾਰਣ ਚੱਲ ਰਿਹਾ ਉਹਦੇ ਥੱਲੇ ਕੋਈ ਪੱਟੀ ਚਲਾ ਦੇਵੇ ਵੀ ਫਲਾਨਾ ਫਲਾਨਾ ਜੋਤਸ਼ੀ ਜੀ ਤੁਸੀਂ ਆਪਣੀ ਪੱਤਰੀ ਹਿਲਾਉਣ ਲਈ ਇੰਨੀ ਤਰੀਕ ਨੂੰ ਮਿਲੋ ਉਸ ਤੋਂ ਬਾਅਦ ਕੋਈ ਹੋਰ ਆਜਵੇ ਜੀ ਵੀ ਇਹ ਮਤਲਬ ਉਹ ਚੀਜ਼ਾਂ ਹੋਣ ਵੀ ਜਿਹੜੀਆਂ ਚੀਜ਼ਾਂ ਉੱਥੇ ਨਹੀਂ ਚੱਲ ਸਕਦੀਆਂ ਵੀ ਨਿਰਾਦਰ ਹੋਵੇ ਕੋਈ ਪਾਣੀ ਦਾ ਹੁਣ ਇਹਦਾ ਹੱਲ ਲੱਭਣ ਦੀ ਲੋੜ ਆ ਕਿਉਂਕਿ ਜੇ ਪਾਇਰੇਸੀ ਦੂਸਰੇ ਲੈਵਲ ਦੀ ਚੱਲ ਰਹੀ ਹੈ ਨਜ਼ਰ ਲੈਵਲ ਦੀ ਤੇ ਜਿਸ ਤਰ੍ਹਾਂ ਮੰਨ ਲਓ ਵੀ ਓਪਨ ਹੋ ਜਾਂਦਾ ਸਾਰਾ ਕੁਛ ਕਰਨਾ ਚਾਹੀਦਾ ਵਧੀਆ ਗੱਲ ਪਰ ਉਹਦੇ ਨਾਲ ਇੱਕ ਜਿਹੜਾ ਕੁੰਡਾ ਹੈ ਹਾਥੀ ਦਾ ਹਾਥੀ ਦੇ ਉੱਪਰ ਕੁੰਡਾ ਉਹ ਬੜਾ ਜ਼ਰੂਰੀ ਹੈ ਕਿਉਂਕਿ ਜੇ ਉਹ ਨਾ ਰਿਹਾ ਤੇ ਫਿਰ ਤਾਂ ਜੋ ਮਰਜ਼ੀ ਹੋ ਜਾਊਗਾ ਹੁਣ ਮੈਨੂੰ ਲੱਗਦਾ ਵੀ ਇਹਦਾ ਕੋਈ ਹੱਲ ਹੋਵੇ ਕਿ ਲਿੰਕ ਜਿਹਨੂੰ ਦਿੱਤਾ ਜਾਵੇ ਉਹਦਾ ਇੱਕ ਡੈਡੀਕੇਟਡ ਲਿੰਕ ਹੋਵੇ ਕਿ ਵੀ ਮੰਨ ਲਓ ਵੀ ਮੈਂ ਕਹਾਂ ਵੀ ਆਹ ਪਰਮਵੀਰ ਸਿੰਘ ਤੇਰਾ ਹੀ ਲਿੰਕ ਹੈ ਤੇ ਸਾਨੂੰ ਪਤਾ ਵੀ ਇਸ ਲਿੰਕ ਤੇ ਤੇਰੀ ਸਟ੍ਰੀਮ ਚੱਲਦੀ ਹੈ ਜੇ ਇਹਦੇ ਤੇ ਕੁਛ ਹੁੰਦਾ ਤੇ ਇਹ ਲਿੰਕ ਇੱਥੋਂ ਦੀ ਖਤਮ ਕਰ ਦੇਣਾ ਉਸ ਤੋਂ ਬਾਅਦ ਸਾਨੂੰ ਬੋਲੀ ਨੇ ਮਤਲਬ ਇੱਦਾਂ ਦਾ ਕੁਛ ਨਾ ਕੁਛ ਜਿਹੜਾ ਪ੍ਰਬੰਧ ਹੈ ਉਹ ਕਰਨਾ ਚਾਹੀਦਾ ਐਂਡ ਇਹਦੇ ਲਈ ਟੈਕਨੀਕੈਲਿਟੀਜ਼ ਜਿਹੜੀਆਂ ਨੇ ਉਹ ਜਿੱਦਾਂ ਤੁਸੀਂ ਕਿਹਾ ਵੀ ਦੁਨੀਆ ਭਰ 'ਚ ਸਿੱਖ ਸੰਗਤ ਬੈਠੀ ਉਹ ਕਰ ਸਕਦੇ ਨੇ ਹੈਲਪ ਲੈਣੀ ਚਾਹੀਦੀ ਬਿਲਕੁਲ ਲੈਣੀ ਚਾਹੀਦੀ ਬਾਕੀ ਸੰਧਾਲੀਆ ਸਭ ਅਸੀਂ ਨਹੀਂ ਕਹਿੰਦੇ ਕਿ ਕਿਸੇ ਤਰ੍ਹਾਂ ਦਾ ਕੋਈ ਪਾੜਾ ਪਵੇ ਕਿਉਂਕਿ ਕੰਮ ਹੋਰ ਬਹੁਤ ਸਾਰੇ ਕਰਨ ਵਾਲੇ ਆ ਇਹ ਜਿੰਨੀ ਛੇਤੀ ਹੋ ਸਕਦਾ ਇਹਨੂੰ ਵਧੀਆ ਤਰੀਕੇ ਦੇ ਨਾਲ ਨਿਬੇੜਨਾ ਚਾਹੀਦਾ ਕਿਸੇ ਸਿਰੇ ਬੰਨੇ ਜਿਹੜਾ ਉਹ ਲਾਉਣਾ ਚਾਹੀਦਾ